ਵਿਨੀਪੈਗ ਅਤੇ ਟੈਂਪਾ ਬੇ ਲਾਈਨਿੰਗ, ਜੋ ਕਿ ਵਿਨੀਪੈਗ 6 ਗੇਮਾਂ ਆਪਣੇ ਸ਼ਹਿਰ ਤੋਂ ਬਾਅਦ ਉਹਨਾਂ 'ਚੋਂ 5 ਜਿੱਤ ਚੁੱਕੇ ਨੇ, ਸੋ ਕਾਫੀ ਰੋਡ 'ਤੇ ਇਹਨਾਂ ਦਾ ਤਗੜਾ ਰਿਕਾਰਡ. ਇੱਥੇ ਜੋਸ਼ ਮੋਰਸੀ ਦਾ ਦੂਰੋਂ ਸ਼ਾਟ ਮੈਥਿਊ ਪ੍ਰੋਟੈਕਟ ਕਰਕੇ ਕਰ ਗਿਆ ਪਹਿਲਾ ਗੋਲ ਗੇਮ ਦਾ. ਬਾਜੀ ਬਾ ਕਿਆ ਹੱਥ ਅਤੇ ਅੱਖ ਦੀ ਤਾਲਮੇਲ. ਹੁਣ 1-1 ਤੇ ਮੁਕਾਬਲਾ ਬਰਾਬਰ, ਤੇ ਰੋਸਲੋਵਿਕ ਕੋਲ ਪੱਕ ਆ ਗਈ, ਉਹਨੇ ਬਣਾਇਆ ਗੋਲ, ਪਰ ਇਹ ਗੋਲ ਰਿਵਿਊ ਵੀ ਕੀਤਾ ਗਿਆ. ਜੀ, ਹਾਈ ਸਟੇਕਿੰਗ ਕਹਿ ਰਿਹਾ ਇੱਥੇ ਕੋਚ ਜਾਨ ਕੂਪਰ ਵੀ. ਰੋਸਲੋਵਿਕ ਹਾਕੀ ਕੀ ਇਹ ਕ੍ਰਾਸਬਾਰ ਤੋਂ ਉੱਪਰਿਆ, ਮੈਨੂੰ ਤਾਂ ਇਸ ਐਂਗਲ ਤੋਂ ਲੱਗਦੀ ਹੈ, ਪਰ ਨਹੀਂ ਹੈਗਾ ਗੋਲ. ਤੇ ਜੈਟ ਬੈਂਚ ਤੇ ਮੌਜਾਂ ਕਰਦਾ ਹੈ. ਤੇ ਜਾਨ ਕੂਪਰ ਇੰਨਾ ਖੁਸ਼ ਨਹੀਂ ਸੀ. ਪੈਨਲਟੀ ਵੀ ਮਿਲ ਗਈ ਰਿਵਿਊ, ਕਿਉਂਕਿ ਉਹਨਾਂ ਦੇ ਹੱਕ 'ਚ ਨਹੀਂ ਗਿਆ. ਉਸੇ ਹੀ ਪਾਵਰ ਪਲੇ ਤੇ ਫਿਰ ਫਾਇਦਾ ਉਠਾ ਗਏ ਵਿਨੀਪੈਗ ਜੈਟਸ. ਕਰ ਗਏ ਜੀ, ਕਰ ਗਏ 21 ਸਕਿੰਟਾਂ ਵਿੱਚ 2 ਗੋਲ ਕਰ ਗਏ. ਸੋ ਉਸ ਤੋਂ ਬਾਅਦ ਸਟੀਵਨ ਸਟੈਮਕੋਸ ਇਤਿਹਾਸਿਕ ਗੋਲ, 400ਵਾਂ ਗੋਲ ਉਹਦਾ ਕਿੱਤੇ ਦੇ ਵਿੱਚ. ਦੇ ਲੋਕਿਆ ਜ਼ੋਰਦਾਰ ਸ਼ਾਟ ਸਟੈਮਕੋਸ ਦੂਜੇ ਨੰਬਰ 'ਤੇ ਆਉਂਦਾ, ਜਿੰਨੇ ਖਿਲਾੜੀਆਂ ਨੇ 400 ਗੋਲ ਕੀਤੇ ਨੇ. 763 ਗੇਮਾਂ ਦੇ ਵਿੱਚ 400 ਗੋਲ. ਉਸ ਤੋਂ ਬਾਅਦ 4-2 ਦਾ ਸਕੋਰ ਸੀ, ਤੇ ਕਨਰ ਹੈਲਬਕ ਨੇ ਬਹੁਤ ਹੀ ਕਮਾਲ ਦਾ ਬਚਾ ਗੋਲ ਚੋਰੀ ਕਰ ਲਿਆ ਬਈ. ਬਾਜੀ ਬਾ ਮਰੂਨ ਨੇ ਮਾਰਿਆ, ਮਰੂਨ ਨੇ ਮਾਰਿਆ ਦੇ ਪਿੱਛੋਂ ਫਲਾਟ ਦਾ ਸ਼ਾਟ ਬਚਾ ਲਿਆ. 4-3 ਫਾਈਨਲ ਸਕੋਰ, ਵਿਨੀਪੈਗ ਜੈਟਸ ਜਿੱਤ ਗਏ ਜੀ. ਜਿੱਤ